ਯੂਨਾਈਟਿਡ ਸਿੱਖ ਪਾਰਟੀ ਵੱਲੋਂ ਬਹਿਬਲ ਕਲਾਂ ਗੋਲੀਕਾਂਡ 'ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੀ ਰਿਪੋਰਟ ਆਉਣ 'ਤੇ ਦੋਸ਼ੀਆਂ ਦੇ ਨਾਮ ਜੱਗ ਜ਼ਾਹਰ ਹੋਣ ਤੋਂ ਬਾਅਦ ਵੀ ਗ੍ਰਿਫਤਾਰੀ ਨਾ ਹੋਣ ਕਰਕੇ ਜਰਨੈਲ ਸਿੰਘ ਦੀ ਅਗਵਾਈ ਵਿੱਚ ਇੱਕ ਮੰਗ ਪੱਤਰ ADC ਲੁਧਿਆਣਾ ਨੂੰ ਦਿੱਤਾ ਗਿਆ, ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਉਣ ਤੋਂ ਬਾਅਦ ਵੀ ਦੋਸ਼ੀਆਂ 'ਤੇ ਕੋਈ ਕਾਰਵਾਈ ਨਹੀਂ ਹੋਈ। ਇਸ ਕਰਕੇ ਉਹਨਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਮੰਗ ਕੀਤੀ ਕਿ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਜਿਹੜਾ ਅੱਜ ਦਾ ਮੰਗ ਪੱਤਰ DC ਸਾਹਿਬ ਰਾਹੀਂ ਅਸੀਂ ਪੰਜਾਬ ਸਰਕਾਰ ਨੂੰ ਦਿੱਤਾ, ਜਿਹੜਾ ਕੱਲ੍ਹ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਬਹਿਬਲ ਗੋਲੀਕਾਂਡ ਨੂੰ ਲੈ ਕੇ ਸਾਹਮਣੇ ਆਈ ਹੈ, ਉਹਦੇ ਵਿੱਚ ਬਾਦਲ ਪਰਿਵਾਰ ਅਤੇ ਜਿਹੜੇ ਪੁਲਿਸ ਅਫਸਰ ਜਿਨ੍ਹਾਂ ਦਾ ਵਿੱਚ ਨੌਂ ਆਇਆ ਸਿੱਧੇ ਤੌਰ 'ਤੇ ਦੋਸ਼ੀ ਨੇ, ਅਸੀਂ ਮੰਗ ਕਰਦੇ ਹਾਂ ਵੀ ਉਹਨਾਂ ਨੂੰ ਜਿਹੜਾ 3 ਮਹੀਨੇ ਦਾ ਫਿਰ ਟਾਈਮ ਦੇ ਦਿੱਤਾ ਉਹ ਕੈਂਸਲ ਕਰਕੇ ਜਲਦੀ ਤੋਂ ਜਲਦੀ ਜਿਹੜਾ ਉਹਨਾਂ 'ਤੇ ਕਾਰਵਾਈ ਕੀਤੀ ਜਾਵੇ। ਅਤੇ ਜੇ ਕੈਪਟਨ ਸਾਹਿਬ, ਤੁਸੀਂ ਸਾਰਿਆਂ ਨੇ ਦੇਖਿਆ ਵੀ ਹਾਊਸ ਦੇ ਵਿੱਚ 100 ਤੋਂ ਵੱਧ MLA ਅਤੇ ਜਿਹਦੇ ਵਿੱਚ ਲਗਭਗ 75-78 MLA ਕਾਂਗਰਸ ਦੇ, ਕੈਪਟਨ ਸਾਹਿਬ ਕੋਲੋਂ ਭੀਖ ਮੰਗ ਰਹੇ ਨੇ ਕਿ ਉਹਨਾਂ ਲੋਕਾਂ 'ਤੇ ਕਾਰਵਾਈ ਕਰੋ। ਮੈਂ ਇਹ ਕਹਿਣਾ ਚਾਹੁੰਦਾ, ਜੇ ਕੈਪਟਨ ਸਾਹਿਬ ਆਪਣੇ 80 MLA ਦੀ ਗੱਲ ਨਹੀਂ ਮੰਨਦਾ ਤਾਂ ਪਹਿਲੀ ਗੱਲ ਤਾਂ ਆਮ ਲੋਕਾਂ ਦੀ ਸੁਣਵਾਈ ਕੀ ਕਰੇਗਾ? ਅਤੇ ਮੈਂ ਸਾਰੇ MLA ਜਿੰਨੇ ਨੇ ਕਾਂਗਰਸ ਦੇ, ਮੈਂ ਉਹਨਾਂ ਕੋਲ ਵੀ ਇਸ ਗੱਲ ਦੀ ਮੰਗ ਕਰਦਾ, ਜੇ ਕੈਪਟਨ ਸਾਹਿਬ ਤੁਹਾਡੀ ਗੱਲ ਨਹੀਂ ਮੰਨਦੇ, ਤੁਸੀਂ ਮਤਾ ਪਾਓ, ਇਕੱਠੇ ਹੋ ਕੇ CM ਨੂੰ ਬਦਲਣ ਦਾ ਉਪਰਾਲਾ ਕਰੋ, ਕੈਪਟਨ ਸਾਹਿਬ ਨੂੰ ਬਦਲਿਆ ਜਾਏ, ਉਹਦੀ ਜਗ੍ਹਾ 'ਤੇ ਹੋਰ ਮੁੱਖ ਮੰਤਰੀ ਲਾਇਆ ਜਾਏ, ਜਾਂ ਜਿਹੜਾ ਧੜੱਲੇ ਨਾਲ ਹਿੰਮਤ ਨਾਲ ਜਿਹੜਾ ਇਸ 'ਤੇ ਕਾਰਵਾਈ ਕਰਕੇ ਇਨਸਾਫ ਦਵਾ ਸਕੇ। ਕਿਉਂਕਿ ਚੋਣਾਂ ਦੇ ਵਿੱਚ ਕਾਂਗਰਸ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਅਸੀਂ ਬਹਿਬਲ ਗੋਲੀ ਕਾਂਡ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਦੇਵਾਂਗੇ, ਅਤੇ ਕੈਪਟਨ ਸਾਹਿਬ ਢਿੱਲ ਮੱਠ ਕਰ ਰਹੇ ਨੇ, ਅਤੇ ਹਿੰਮਤ ਹੁਣ MLA ਦਿਖਾਉਣ, ਕਿਉਂਕਿ ਲੋਕਾਂ ਨੇ MLA ਨੂੰ ਜਿੱਤ ਕੇ ਜਿਤਾ ਕੇ ਭੇਜਿਆ, ਲੋਕਾਂ ਨੂੰ ਜਵਾਬ ਦੇ ਨੇ। ਜੇ ਕੈਪਟਨ ਇਹਨਾਂ ਦੀ ਗੱਲ ਨਹੀਂ ਮੰਨਦਾ ਤੇ ਕੈਪਟਨ ਨੂੰ ਬਦਲ ਦੀ ਤਿਆਰੀ ਕਰਨ MLA, ਇਹ ਮੇਰੀ ਡਿਮਾਂਡ। ਉਹ ਬਖਸ਼ਿਆ ਨਹੀਂ ਜਾਏਗਾ, ਉਹ ਤੇ ਅਕਸਰ ਪਿਛਲੇ 2-3 ਸਾਲਾਂ ਤੋਂ ਕਹਿੰਦੇ ਆ ਰਹੇ ਨੇ, ਪਰ ਉਹ ਜਨਤਕ ਹੋਣਾ ਇੱਕ ਅਲੱਗ ਗੱਲ ਆ। ਜਦੋਂ ਜਨਤਕ ਹੋ ਗਿਆ ਔਰ ਜਨਤਕ ਹੋਣ ਦੇ ਬਾਅਦ ਜਨਤਾ ਹੀ ਨਹੀਂ ਮੰਗ ਕਰ ਰਹੀ, ਟੋਟਲ MLA ਵੀ ਮੰਗ ਕਰ ਰਹੇ ਨੇ। ਜਿੱਥੇ ਪਹਿਲਾਂ ਜਸਟਿਸ ਰਣਜੀਤ ਸਿੰਘ ਨੇ ਇੰਨਾ ਟਾਈਮ ਲਾਇਆ ਇਨਕੁਆਇਰੀ ਕਰਨ ਨੂੰ, ਹੁਣ 3 ਮਹੀਨੇ ਦਾ ਟਾਈਮ ਫੇਰ ਦੇ ਦਿੱਤਾ ਗਿਆ। ਉਸ ਟਾਈਮ ਜਿਹੜਾ 3 ਮਹੀਨੇ ਦਾ ਟਾਈਮ ਕੈਂਸਲ ਕਰਨਾ ਚਾਹੀਦਾ, ਉੱਤੇ ਫੌਰੀ ਤੌਰ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਰਵੀ ਸ਼ਰਮਾ ਦੇ ਨਾਲ, ਫੋਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।